आजो जी नेक्स्ट। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹਰਮਨ, ਮੈਂ ਪਿੰਡ ਕਲੋਲੀ ਦਾ ਰਹਿਣ ਵਾਲਾ ਹਾਂ। ਮੇਰੀ ਫੈਮਿਲੀ ਵਿੱਚ ਮੇਰੀ ਮੰਮੀ, ਮੇਰੇ ਪਾਪਾ ਤੇ ਮੇਰਾ ਭਰਾ ਹੈ। ਹਾਂ, ਮੇਰੇ ਪਾਪਾ ਨੂੰ ਗਾਇਕੀ ਦਾ ਬਹੁਤ ਸ਼ੌਂਕ ਸੀ, ਜੋ ਕਿ ਉਹਨਾਂ ਨੂੰ ਵੇਖ ਵੇਖ ਕੇ ਮੈਨੂੰ ਮਿਲਿਆ ਗਾਇਕੀ ਦਾ ਸ਼ੌਂਕ। ਤੂੰ ਸਾਡੇ ਨਾਲ ਖੇਡ ਗਈ ਉਹ ਚਾਹਦੇ ਵੇ, ਮੇਰੇ ਪਾਪਾ ਕਹਿੰਦੇ ਇਸ ਲੈਣ ਦੇ ਵਿੱਚ ਸਾਡਾ ਕੁਝ ਨਹੀਂ ਬਣਾਉਣਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਵੌਇਸ ਆਫ ਪੰਜਾਬ ਸੀਜ਼ਨ 6 ਦੇ ਜ਼ਰੀਏ ਮੈਂ ਉਹਨਾਂ ਨੂੰ ਪ੍ਰੂਫ ਕਰਕੇ ਵਿਖਾਵਾਂਗਾ। ਸਤਿ ਸ੍ਰੀ ਅਕਾਲ ਜੀ। ਖਾਨ ਸਾਹਿਬ? ਕਮਲ ਖਾਨ ਸਾਹਿਬ। ਹੈਂ? ਕਮਲ ਖਾਨ ਸਾਹਿਬ। ਤੇ ਤੂੰ ਤੂੰ ਖਾਨ ਸਾਹਿਬ? ਨਹੀਂ, ਖਾਨ ਸਾਹਿਬ ਹਰਮਨ ਗੱਲ। ਤੁਹਾਡਾ ਨਾਮ ਹਰਮਨ ਹੈ ਤੇ ਤੁਸੀਂ ਕਮਲ ਖਾਨ ਜੀ ਦਾ ਗਾਣਾ ਸੁਣਾਉਣ ਵਾਲੇ ਹੋ, ਰਾਈਟ? ਸਿੱਖਦੇ ਹੋ? ਬਚਪਨ ਤੇ ਗਾਉਂਦਾ ਰਹੇ। ਕਿੰਨਾ ਕੁ ਬਚਪਨ, ਕਿੰਨੇ ਸਾਲ ਦਾ? 7 ਸਾਲ ਤੋਂ ਸਿੱਖਣ ਲੱਗਾ ਹੈ। 7 ਸਾਲ ਤੋਂ ਸਿੱਖਣ ਲੱਗਾ? ਚਲੋ, ਉਹਨਾਂ ਕੋਈ ਸਿੱਖਦਾ ਹੈ? ਪਾਪਾ ਤੋਂ? ਕਰੇ ਕਰੇ। ਹਾਂਜੀ ਹਾਂਜੀ। ਚਲੋ ਬਹੁਤ ਵਧੀਆ, ਕੀ ਸੁਣਾਏਗਾ ਹੁਣ? ਤੂੰ ਸੱਜਣਾ ਰੱਬ ਦੇ ਨਾਂ ਵਰੀਗਾ ਤੇ ਆਉਂਦੇ ਜਾਂਦੇ ਸਾਂ ਵਰੀਗਾ। ਤੂੰ ਸੱਜਣਾ ਰੱਬ ਦੇ ਨਾਂ ਵਰੀਗਾ ਤੇ ਆਉਂਦੇ ਜਾਂਦੇ ਸਾਂ ਵਰੀਗਾ। ਤੈਨੂੰ ਪਾਉਣ ਲਈ ਅਸੀਂ ਵੇ ਸੱਜਣਾ, ਤੈਨੂੰ ਪਾਉਣ ਲਈ ਅਸੀਂ ਵੇ ਸੱਜਣਾ, ਕਰ ਕੀ ਨਹੀਂ ਸਕੀਦੇ ਤੇਰੇ ਬਿਨ ਮਰੀ ਤਾਂ ਸਕਦੇ ਆਂ, ਤੇਰੇ ਬਿਨ ਜੀ ਨਹੀਂ ਸਕੀਦੇ, ਤੇਰੇ ਬਿਨ ਮਰੀ ਤਾਂ ਸਕਦੇ ਆਂ, ਤੇਰੇ ਬਿਨ ਜੀ ਨਹੀਂ ਸਕੀਦੇ। ਵੈਰੀ ਗੁੱਡ। ਅੱਛਾ ਹਰਮਨ, ਹਰਮਨ ਦੋ ਬੰਦੇ ਨੇ ਤੇ ਬੱਤੀਆਂ ਜਲਾਤੀਆਂ ਹਰੀਆਂ। ਹਾਂਜੀ। ਹੈਂ? ਹਾਂਜੀ। ਮੈਂ ਨਹੀਂ ਜਲਾਈ ਅਜੇ। ਹਾਂਜੀ। ਇੱਦਾਂ ਕਰ ਫਿਰ, ਇੱਕ ਨਾ ਬੀਟ ਸੌਂਗ ਸੁਣਾ। ਉਹ ਸਾਡੇ ਵੇਖ ਕੇ ਹਾਲਾਤ ਮੁੱਖ ਮੋੜ ਗਈ, ਉਹਨਾਂ ਤੇ ਵੱਡਿਆਂ ਘਰਾਂ ਦੇ ਨਾਲੀ ਜੁੜ ਗਈ। ਓਕੇ। ਗਾਗਾ ਗਾਗਾ। 5 ਕਿਲਿਆਂ ਦੀ ਸਾਡੀ ਸਾਰੀ ਬਾਹੀ ਸੀ, 5 ਕਿਲਿਆਂ ਦੀ ਸਾਡੀ ਸਾਰੀ ਬਾਹੀ ਸੀ, ਉਹ ਤੋਂ ਕਰਜੇ ਨੇ ਗਲੇ ਸਾਡਾ ਕੁੱਟਿਆ। ਉਹ 4 ਕੜਿਆਂ ਦੇ ਵਾਲੀ ਗੱਡੀ ਮੰਗਦੀ, ਉਹ ਕੜਾ ਬਾਪੂ ਦਾ ਪਿਆ ਨੀ ਗਹਿਣੇ ਛੁੱਟਿਆ। 4 ਕੜਿਆਂ ਦੇ ਵਾਲੀ ਗੱਡੀ ਮੰਗਦੀ, ਉਹ ਕੜਾ ਬਾਪੂ ਦਾ ਪਿਆ ਨੀ ਗਹਿਣੇ ਛੁੱਟਿਆ। ਓਏ ਉਹ ਲੈ ਤਾਂ ਉਹਨੂੰ ਓਡੀ ਕਿ ਮੇਲੋ ਦਾ ਝੂਠਾ ਲਾਰਾ ਵੇ। ਉਹ ਲੈ ਤਾਂ ਉਹਨੂੰ ਓਡੀ ਕਿ ਮੇਲੋ ਦਾ ਝੂਠਾ ਲਾਰਾ ਵੇ, ਸਾਡੇ ਘਰੀ ਦਾ ਹੀ ਗੁਜ਼ਾਰਾ ਵੇ। ਉਹ ਉੱਚੀ ਅਰਮਾਨੀਆ ਰੋਪਾਉਂਦੀਆ, ਉਹ ਉੱਚੀ ਅਰਮਾਨੀਆ ਰੋਪਾਉਂਦੀਆ, ਪਾਟਾ ਸੂਟ ਨੀ ਬੇਬੇ ਨੇ ਕਦੇ ਸੁੱਟਿਆ। 4 ਕੜਿਆਂ ਦੇ ਵਾਲੀ ਗੱਡੀ ਮੰਗਦੀ, ਉਹ ਕੜਾ ਬਾਪੂ ਦਾ ਪਿਆ ਨੀ ਗਹਿਣੇ ਛੁੱਟਿਆ। 4 ਕੜਿਆਂ ਦੇ ਵਾਲੀ ਗੱਡੀ ਮੰਗਦੀ, ਉਹ ਕੜਾ ਬਾਪੂ ਦਾ ਪਿਆ ਨੀ ਗਹਿਣੇ ਛੁੱਟਿਆ ਵੇ। ਤੁਸੀਂ ਦੇਖਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਬਹੁਤ ਅੱਛਾ ਗਾ ਰਹੇ ਹੋ। ਠੀਕ ਹੈ, ਗੋਡ ਬਲੈਸ ਯੂ। ਬੜਕਾ ਮਾਰਦਾ ਚੱਲ ਹੁਣ, ਭੰਗੜਾ ਪਾਉਂਦੇ। ਹਾਂ, ਬੜਕਾ ਵੀ ਨਾਲ। ਅਰੇ ਵਾਹ, ਪੈ ਗਿਆ ਸਿਕਸਰ? ਹਾਂਜੀ। ਤੇ ਫਿਰ ਕੀ ਕਿਹਾ ਜੱਜਿਸ ਨੇ ਅੰਦਰ? ਉਹ ਕਹਿੰਦੇ ਫਿਰ ਖੁਸ਼ੀ ਇੰਨੀ ਜ਼ਿਆਦਾ ਹੋ ਗਈ ਹੈ, ਜੱਜਿਸ ਨੇ ਕੀ ਕਿਹਾ ਸਭ ਭੁੱਲ ਗਏ, ਸਭ ਭੁੱਲ ਗਏ। ਪਰ ਹੁਣ ਗਾਣਾ ਗਾਣਾ ਯਾਦ ਰੱਖਣਾ ਹੈ, ਠੀਕ ਹੈ? ਕਿਉਂਕਿ ਮੇਗਾ ਆਡੀਸ਼ਨ ਲਈ ਟਿਕਟ ਮਿਲੀ ਹੈ, ਅੱਗੇ ਵੀ ਜਾਣਾ ਹੈ ਸਟੂਡੀਓ ਰਾਊਂਡ 'ਚ। ਠੀਕ ਹੈ, ਫਿਰ ਹੁਣ ਗਾਣਾ ਗਾਣਾ ਤਾਂ ਨਹੀਂ ਭੁੱਲੋਗੇ? ਨਾ ਜੀ। ਤੇ ਸੁਰੀਲਾ ਪੂਰਾ ਪੂਰਾ? ਹਾਂਜੀ। ਅੱਗੇ ਰਿਵਾਰਡ ਹੈ। ਚਲੋ ਠੀਕ ਹੈ, ਆਲ ਦਾ ਬੈਸਟ, ਛਾ ਜਾਓ। ਭਾਜੀ ਅੱਛਾ ਸੀਗਾ ਮੁੰਡਾ। ਹਾਂ, ਇਹ ਜਾਊਗਾ ਕਿਤੇ ਤੱਕ। ਦੇਖੋ, ਉਹੀ ਹੈ ਨਾ ਨਿੱਕੂ ਗੱਲ ਹੈ ਕਿ ਜਿਹੜਾ ਆਰਟਿਸਟ ਹੈ ਜਾਂ ਜਿਹਦੀ ਆਵਾਜ਼ ਹੈ, ਅਗਰ ਉਹਦੀ ਆਵਾਜ਼ 'ਚ ਟਣਕ ਹੈ ਜਾਂ ਕੋਈ ਗੱਲਬਾਤ ਹੈ ਤੇ ਉਹ ਮੂਹਰਿਓਂ ਪਤਾ ਲੱਗ ਜਾਂਦਾ ਕਿ ਹਾਂ ਕੁਛ ਹੈ ਨਾ।